उन्हां दे बारे सुरजीत पात्र जिहड़े बड़े ही प्यारे कवि ने ते बहुत अच्छा लिखते ने ते शिव नाल ओह कई मुलाकातां कर चुके ने अपने प्राइमरी डेज विच जदों पढ़दे सी ते जदों पढ़ांदे भी सी ते उन्हां ने अपना चेत्यां विच उन्हां ने शिव नूं याद कीता है किस तरह शिव उन्हां दे सामने ग्रो होए उन्हां नूं मिलदे सी ते जिहड़े उन्हां दे कहना चाहिए वोकैबुलरी जिहड़ी सी उन्हां दी कमाल दी सी जिहदे लई उन्हां ने एक उन्हां दे समकालीन कवि होए ने भूषण ध्यानपुरी जी ते उन्हां ने उहदे ते एक चुटकला भी बनाया जिहड़ा मैं तुहानूं इस वीडियो च दस्सांगी। ते दोस्तों बड़ियां प्यारियां सत मुलाकातां ने जिहड़ियां सुरजीत पात्र होरां ने शिव कुमार बटालवी जी नाल कीतियां ने ते ਉਹ ਮੁਲਾਕਾਤਾਂ ਕੀ ਨੇ ਮਤਲਬ ਉਹ ਇੱਕ ਤਰ੍ਹਾਂ ਦਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸ਼ਿਵ ਨੂੰ ਅਕੋਰਡਿੰਗਲੀ ਉਹ ਦੱਸਦੇ ਚਲੇ ਗਏ ਕਿਸ ਤਰ੍ਹਾਂ ਸ਼ਿਵ ਨੇ ਉਹਨਾਂ ਦੇ ਸਾਹਮਣੇ ਸਟੈਪ ਬਾਈ ਸਟੈਪ ਹਰ ਪਾਇਦਾਨ 'ਤੇ ਬੁਲੰਦੀਆਂ ਨੂੰ ਚੁੰਮਦੇ ਗਏ ਅਤੇ ਅਖੀਰ ਵਿੱਚ ਇੱਕ ਟਾਈਮ ਇਸ ਤਰ੍ਹਾਂ ਵੀ ਆਉਂਦਾ ਹੈ ਕਿ ਉਹ ਕਾਫੀ ਅਪਸੈਟ ਹੋ ਜਾਂਦੇ ਨੇ ਅਤੇ ਉਹ ਵਾਲਾ ਟਾਈਮ ਪੀਰੀਅਡ ਵੀ ਉਹਨਾਂ ਨੇ ਆਪਣੀਆਂ ਸੱਤ ਮੁਲਾਕਾਤਾਂ ਵਿੱਚ ਜ਼ਿਕਰ ਕੀਤਾ ਹੈ। ਦੋਸਤੋ ਤੁਹਾਨੂੰ ਬੜਾ ਮਜ਼ਾ ਆਏਗਾ ਪੂਰੀ ਵੀਡੀਓ ਦੇਖ ਕੇ, ਤੁਸੀਂ ਪੂਰੀ ਵੀਡੀਓ ਦੇਖਣਾ ਅਤੇ ਆਪਣਾ ਮੈਨੂੰ ਕਮੈਂਟ ਜ਼ਰੂਰ ਦੇਣਾ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਮੇਰਾ ਵੀਡੀਓ ਲੱਗਿਆ ਅਤੇ ਅਗਰ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਤੁਸੀਂ ਇਹਨੂੰ ਲਾਈਕ ਜ਼ਰੂਰ ਕਰਨਾ। ਸੁਰਜੀਤ ਪਾਤਰ ਜੀ ਲਿਖਦੇ ਨੇ, ਸ਼ਿਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ ਹੋਈਆਂ। ਜਦੋਂ ਕਦੀ ਮੈਂ ਕਲਾਸ ਵਿੱਚ ਸ਼ਿਵ ਦੀ ਸ਼ਾਇਰੀ ਪੜ੍ਹਾਉਂਦਾ ਸਾਂ ਤਾਂ ਵਿਦਿਆਰਥੀ ਮੈਨੂੰ ਕਹਿੰਦੇ, ਸਰ ਕੋਈ ਸ਼ਿਵ ਦੀ ਗੱਲ ਸੁਣਾਓ। ਉਦੋਂ ਮੇਰਾ ਜੀ ਕਰਦਾ ਕਾਸ਼ ਸ਼ਿਵ ਨੂੰ ਕੁਝ ਹੋਰ ਮਿਲਿਆ ਹੁੰਦਾ ਮੈਂ, ਪਰ ਸ਼ਿਵ ਦੇ ਜਿਉਂਦਿਆਂ ਜੀ ਇਹ ਨਹੀਂ ਪਤਾ ਸੀ ਕਿ ਉਹ ਇੰਨੀ ਜਲਦੀ ਤੁਰ ਜਾਏਗਾ। ਉਸਦੀ ਕਵਿਤਾ, ਅਸੀਂ ਤਾਂ ਜੋਬਨ ਰੁੱਤੇ ਮਰਨਾ ਤੁਰ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾ ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਆ ਤਾਰਾ ਨੂੰ ਅਸੀਂ ਕਵਿਤਾ ਸਮਝਦੇ ਸੀ, ਪੇਸ਼ੈਂਟ ਕੋਈ ਨਹੀਂ ਸੀ ਸਮਝਦੇ। ਪਤਾ ਨਹੀਂ ਉਹ ਮਰ ਕੇ ਫੁੱਲ ਬਣਿਆ ਜਾਂ ਤਾਰਾ, ਪਰ ਮੈਂ ਉਸਨੂੰ ਜਿਉਂਦਿਆਂ ਜੀ ਦੋਨੋਂ ਬਣਦੇ ਦੇਖਿਆ। ਜਦੋਂ ਹਟੇਲੀਆਂ ਸੁਰਾਂ 'ਤੇ ਆਪਣੇ ਗੀਤਾਂ ਦਾ ਮੁਖੜਾ ਗਾਉਂਦਾ ਸੀ ਤਾਂ ਉਹ ਫੁੱਲ ਬਣ ਜਾਂਦਾ ਸੀ, ਅਤੇ ਜਦੋਂ ਉੱਚੀਆਂ ਉੱਚੀਆਂ ਸੁਰਾਂ ਵਿੱਚ ਅੰਤਰਾ ਚੁੱਕਦਾ ਤਾਂ ਉਦੋਂ ਤਾਰਾ ਬਣ ਜਾਂਦਾ ਸੀ। ਉਸਦੀ ਸ਼ਾਇਰੀ ਵਿੱਚ ਬੇਮਿਸਾਲ ਰਵਾਨਗੀ ਸੀ ਅਤੇ ਉਸਦੇ ਪਰਵਾਹ ਵਿੱਚ ਉਹ ਪਤਾ ਨਹੀਂ ਕੀ ਕੁਛ ਵਹਾ ਕੇ ਲੈ ਜਾਂਦਾ ਸੀ, ਕਿੰਨੇ ਪੁਰਾਣੇ ਲਫ਼ਜ਼, ਚੀਜ਼ਾਂ, ਬੂਟੇ। ਅਤੇ ਭੂਸ਼ਣ ਨੇ ਇੱਕ ਲਤੀਫਾ ਵੀ ਸਿਰਜਿਆ ਸੀ। ਇੱਕ ਅਧਿਆਪਕ ਸਾਈਕਲ 'ਤੇ ਸਕੂਲ ਜਾ ਰਿਹਾ ਸੀ, ਸਾਈਕਲ ਦੇ ਹੈਂਡਲ 'ਤੇ ਦੋਵੇਂ ਪਾਸੇ ਜੜੀਆਂ ਬੂਟੀਆਂ ਦੇ ਭਰੇ ਦੋ ਥੈਲੇ ਲਟਕ ਰਹੇ ਸਨ। ਕਿਸੇ ਨੇ ਪੁੱਛਿਆ, ਮਾਸਟਰ ਜੀ ਥੈਲਿਆਂ ਵਿੱਚ ਕੀ ਲਿਜਾ ਰਹੇ ਹੋ? ਮਾਸਟਰ ਜੀ ਕਹਿਣ ਲੱਗਿਆ, ਅੱਜ ਮੈਂ ਬੱਚਿਆਂ ਨੂੰ ਸ਼ਿਵ ਦੀ ਕਵਿਤਾ ਪੜ੍ਹਾਉਣੀ ਹੈ ਅਤੇ ਸ਼ਿਵ ਦੀਆਂ ਇਹ ਸਤਰਾਂ ਨੇ ਜਿਹੜੇ ਖੇਤਾਂ ਵਿੱਚ ਬੀਜੇ ਸੀ ਮੈਂ ਤਾਰਿਆਂ ਦੇ ਬੀਜ, ਜਿਹੜੇ ਖੇਤਾਂ ਵਿੱਚ ਬੀਜੇ ਸੀ ਮੈਂ ਤਾਰਿਆਂ ਦੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਗਾ ਡੁੱਕਿਆ। ਅਤੇ ਬੱਚੇ ਪੁੱਛਣਗੇ, ਮਾਸਟਰ ਜੀ ਭੱਖੜਾ ਕੀ ਹੁੰਦਾ ਹੈ, ਬੁਗਾਟ ਕੀ ਹੁੰਦਾ ਹੈ, ਮੈਂ ਕਿਵੇਂ ਸਮਝਾਵਾਂਗਾ ਉਹਨਾਂ ਨੂੰ? ਇਸ ਲਈ ਮੈਂ ਇੱਕ ਥੈਲੇ ਵਿੱਚ ਭੱਖੜਾ ਲਿਆਇਆ ਅਤੇ ਇੱਕ ਵਿੱਚ ਮੈਂ ਬੁਗਾਟ ਲਿਆਇਆ। ਇਹ ਬੱਚਿਆਂ ਨੂੰ ਦਿਖਾਊਂਗਾ ਸ਼ਿਵ ਦੇ ਸ਼ਬਦਾਂ ਦਾ ਸੰਗੀਤ, ਉਸਦੀ ਹੂਕ, ਉਸਦਾ ਬਿਰਹਾ, ਉਸਦੇ ਲਫ਼ਜ਼ਾਂ ਦੀ ਜਕੜ ਅਤੇ ਉਸਦੀ ਬਿੰਬਾਵਲੀ ਦੀ ਮੌਲਿਕਤਾ। ਉਸਦੀ ਲੋਕਧਾਰਾ ਦਾ ਇਸਤੇਮਾਲ ਬੇਮਿਸਾਲ ਸੀ। ਮਾਏ ਨੀ ਮਾਏ ਮੇਰੇ ਗੀਤਾਂ ਦੇ ਵਿੱਚ ਨੈਣਾਂ ਵਿੱਚ ਬਿਰਹੋ ਦੀ ਰੜਕ ਪਏ। ਦੇਖੋ ਕਿੰਨੀ ਖੂਬਸੂਰਤੀ ਹੈ। ਇੱਥੇ ਮੈਂ ਤੁਹਾਨੂੰ ਰੋਕ ਕੇ ਕਹਿਣਾ ਚਾਹ ਰਹੀ ਹਾਂ ਕਿ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋ ਦੀ ਰੜਕ ਪਵੇ। ਰੜਕ ਮੀਨਸ ਜਿੱਦਾਂ ਅੱਖ ਦੇ ਵਿੱਚ ਕੁਛ ਚੁਭ ਰਿਹਾ ਹੋਏ। ਅਤੇ ਅੱਗੇ ਪਾਤਰ ਜੀ ਲਿਖਦੇ ਨੇ, ਜਦੋਂ 60ਵਿਆਂ ਵਿੱਚ ਸ਼ਿਵ ਦਾ ਇਹ ਗੀਤ ਪੰਜਾਬ ਦੀਆਂ ਹਵਾਵਾਂ ਵਿੱਚ ਗੂੰਜਿਆ ਤਾਂ ਪੰਜਾਬੀ ਬੋਲੀ ਨੂੰ ਆਪਣੀ
कदीमी खूबसूरती याद आ गई। शिव कुमार ने आसे पासे प्रयोगशीलता का सिद्धांतक रूप सी, प्रगतिशीलता का विंदगान सी। शिव एक इकली आवाज सी। इस आवाज ने अंदाज ने बहुत मोह लिया। कुछ ने उसनू कुड़िया मुंडिया का कभी भी किया, किसी ने प्रतिगामी निराशावादी, पर संत सिंह सेखू वर्गे मार्क्सवादी दानिश्वर ने उसकी मंडतन नू पछांदे हुए ऐलान किया कि वह 20वीं सदी के सत वड्डे कवियां विचों एक है। यह अपने आप च बहुत वड्डी गल है। लूणा ते शिव नू भारतीय साहित्य अकादमी का इनाम मिलिया। सब तो छोटी उम्र में पुरस्कार प्राप्त करने वाला शिव, अज तक वो रिकॉर्ड नहीं टुटिया उन्हां दा। मैं अपने प्रोग्राम सूरज दा सरनामा विच कहा सी कि शिव की शायरी विच लूणा की उही थां है जो आगरे विच ताजमहल दी है। शिव का रोमांसवाद, शिव की निराशा, शिव का मौत मोह, किसी नूं कुछ भी लगे, उसकी रवानगी, उसका सरोदीपन, उसकी बिमावली, उसकी शब्दावली, उसकी शिल्प का जादू का कमाल है। वह सूफिया ते किस्सेकारां वक्कन गायकों का चहेता है। पहली बार मैं शिव कुमार नूं 1964 विच मिलिया, जदों मैं रणधीर कॉलेज कपूरथला का विद्यार्थी सां। सुरजीत सिंह सेठी ने उन्हां दी पत्नी मनोहर कौर अरपन सानूं पंजाबी पढ़ाउंदे सन। इस जोड़ी सदका कॉलेज का माहौल अदबी सरगर्मियां नाल पख्या रहिंदा सी। फरवरी 1964 की गल है, सेठी साहब ने एक बहुत अच्छा वड्डा कवि दरबार कॉलेज के जुबली हॉल में आयोजित किया। प्रोफेसर मोहन सिंह, डॉक्टर हरभजन सिंह, तकत सिंह, एस एस सी मीशा, जगतार, किशन अदीब, रविंदर रवि, सुरजीत रामपुरी ते होर बहुत वड्डे वड्डे कवि इस कवि दरबार में शामिल होए। सुरजीत सिंह सेठी होर ने मैनू शिव नाल मिलवाया। शिव ए सुरजीत है, साडा विद्यार्थी कविता लिखता है। शिव ने मैनू बगल में लै लिया, वो अड़ू रंगे सूट में सेंट की बड़ी प्यारी महक आ रही सी। शरबती अखा, कोमल जिहा लमूतरा चेहरा, वो मेरे नाल गल्लां करन लग पिया। अचानक कहन लगा, तेरा पूरा नाम की है ते तू किते उही सुरजीत तो नहीं? नतेज ने मैनू एक सुरजीत दीआं कवितावां पढ़वाईआं सी जिहड़ीआं प्रीत लड़ी च छपन लई आईआं सन। मैं ही सुरजीत हाँ, मैनू बड़ी खुशी हुई। शिव नू मेरी एक कविता दीआं दो सतरां याद सन। जख्मी हंस उड्डे सरोवर चो पानी विच प्याजी रोवां, यह मेरी कविता गायिका दीआं सतरां सन। वो दिन मेरे लिए बड़ा महान दिन सी। शिव मेरिया दो सतरां याद सन शिव नू। रात नू कवि दरबार शुरू होया। शिव कुमार अपनी बारी आउण तक स्टेज के पिछे प्रबंधक मुंडिया नाल बैठा रहा। कहन लगा, मैं कवियां कोल नहीं बैठता, यह ईरखा की अग च भरे हुए ने। शिव की वारी आई तो उसने गीत शुरू किया। माए नी माए मैं एक शिकरा यार बनाया, तो यह कह के शिव नू लोगों ने जो स्टेज तो उन्होंने शुरू किया गाना, तो लोगों ने उन्हें हूट करने की कोशिश की। थोड़ी जी हिड़ हिड़ हुई, शिव जरा क भड़किया, एक पल लई रुकिया, फिर सार रोकी बैठी चुप विचों उसने उड़ान भरी, फुल तो तारा बन गया। उस तो बाद सुल्तानपुर लोधी के गुरुद्वारे विच एक कवि दरबार की रात तो बाद दूजी सवेर रेलगड्डी के डब्बे विच शिव ने अपना गीत सुनाया। अज दिन चढ़िया तेरे रंग वर्गा, तेरे चुम्मनो पिछली संघ वर्गा। फिर मैं एम ए करन पंजाबी यूनिवर्सिटी पटियाले आ गया। उत्थे मेरा एक सीनियर दोस्त सुरजीत मान शिव का बड़ा दीवाना सी। साढ़े होस्टल में कवियों बारे अक्सर बहसा होंदिया रहिंदिया सी। असी उन्हीं दिनी लोरका नेहरू का बैखत पढ़ते होंगे सी, तो सहजे सानू कोई पंजाबी कवि पसंद भी नहीं आता सी। असी यूनानी दुकान तोरे कोई गल भी नहीं सी करते। पंजाबी यूनिवर्सिटी कैंपस में दरबार कवि दरबार होया, बाहर पंडाल लगा होया सी। तारा सिंह अपनी कविता पढ़ के ते सुरजीत को आ बैठा, असी बाहर घा ते बैठे हुए सा। शिव कुमार अपनी कविता पढ़ रहा सी, गुम है गुम है गुम है एक कुड़ी जिदा नाम मोहब्बत। तारा सिंह कहन लग्या, यह कुड़ी असल विच एदी कविता है जिहड़ी गुम हो गई है। मैं भी अजकल कुछ नवा नहीं लिख रहा, यह सारे कवि जो लिख रहे ने
ਇਹ ਥੋੜ੍ਹੇ ਥੋੜ੍ਹੇ ਦੌੜ ਰਹੇ ਨੇ ਅਤੇ ਜਿਵੇਂ ਫੌਜੀ ਕਦਮ ਤਾਲ ਕਰਦੇ ਨੇ ਇਹ ਅੱਗੇ ਨਹੀਂ ਜਾ ਰਹੇ। ਮੈਂ ਕਦਮ ਤਾਲ ਨਹੀਂ ਕਰਨੀ ਚਾਹੁੰਦਾ। ਅਤੇ ਦੂਜੇ ਦਿਨ ਸਵੇਰੇ ਡਾਕਟਰ ਜੀਤ ਸਿੰਘ, ਸ਼ੀਤਲ, ਸ਼ਿਵ ਕੁਮਾਰ ਅਤੇ ਇੱਕ MBBS ਦੀ ਵਿਦਿਆਰਥਣ ਸਾਨੂੰ ਗੋਲ ਮਾਰਕੀਟ ਵਿੱਚ ਮਿਲੇ। ਡਾਕਟਰ ਸ਼ੀਤਲ ਮੈਨੂੰ ਪਾਸੇ ਬੁਲਾ ਕੇ ਕਹਿਣ ਲੱਗੇ, ਇਹਨਾਂ ਦੋਹਾਂ ਨੂੰ ਆਪਣੇ ਹੋਸਟਲ ਦੇ ਕਮਰੇ ਵਿੱਚ ਬਿਠਾ ਦੀਏ ਅਤੇ ਰੋਟੀ ਖਵਾ ਦੀਏ। ਮੈਂ ਹੋਸਟਲ ਦੇ ਬੈਕਡੋਰ ਤੋਂ ਮੈਸ ਰਾਹੀਂ ਲੰਘ ਕੇ ਦੋ ਜਣਿਆਂ ਦਾ ਖਾਣਾ ਔਡਰ ਕਰਤਾ। ਸ਼ਿਵ ਦੇ ਉਹ ਕੁੜੀ ਨੂੰ ਆਪਣੇ ਕਮਰੇ ਵਿੱਚ ਛੱਡ ਆਇਆ। ਸ਼ਿਵ ਮੈਨੂੰ ਕਹਿਣ ਲੱਗਾ ਕਿ ਮੈਂ ਤਾਲਾ ਲਾ ਕੇ ਅਤੇ ਚਾਬੀ ਮੈਸ ਵਿੱਚ ਫੜਾ ਦੇਵਾਂਗਾ। ਮੈਂ ਮੈਸ ਵਿੱਚ ਖਾਣਾ ਖਾ ਕੇ ਲਾਇਬ੍ਰੇਰੀ ਵਿੱਚ ਆ ਗਿਆ ਅਤੇ ਉਸ ਵੇਲੇ ਮੈਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਅਹਿਮ ਸ਼ਖਸ ਸਮਝ ਰਿਹਾ ਸੀਗਾ, ਕਿਉਂਕਿ 2 ਘੰਟਿਆਂ ਬਾਅਦ ਮੈਂ ਆਇਆ ਅਤੇ ਮੈਂ ਸ਼ਿਵ ਨੂੰ ਖਾਣਾ ਖਿਲਾਇਆ ਸੀ, ਉਹਦੀ ਦੋਸਤ ਨੂੰ ਖਾਣਾ ਖਿਲਾਇਆ ਸੀ ਅਤੇ ਮੇਰੇ ਕਮਰੇ 'ਚੋਂ ਸੀਗੇ। ਇਹ ਮੇਰੇ ਲਈ ਬੜੀ ਫਖਰ ਦੀ ਗੱਲ ਸੀ। 2 ਘੰਟਿਆਂ ਬਾਅਦ ਮੈਂ ਆਇਆ, ਆਪਣੇ ਕਮਰੇ ਦਾ ਤਾਲਾ ਖੋਲ੍ਹਿਆ, ਖਾਣੇ ਉਵੇਂ ਅਛੋਰ ਪਏ ਹੋਏ ਸੀ। ਦੂਜੇ ਦਿਨ ਮੈਸ ਦੇ ਨੋਟਿਸ ਬੋਰਡ 'ਤੇ ਨੋਟਿਸ ਲੱਗਾ ਹੋਇਆ ਸੀ, ਸੁਰਜੀਤ ਸਿੰਘ ਪਾਤਰ ਇਜ਼ ਫਾਈਨ ਰੁਪੀਜ਼ 10 ਫੋਰ ਐਂਟਰਟੇਨਿੰਗ ਅ ਲੇਡੀ ਗੈਸਟ ਇਨ ਹਿਸ ਰੂਮ। ਮੈਂ ਬਹੁਤ ਦਿਨ ਤੱਕ ਇਹ ਨੋਟਿਸ ਨੂੰ ਸ਼ਿਵ ਦੀ ਯਾਦ ਵਜੋਂ ਸਾਂਭੀ ਰੱਖਿਆ। ਸ਼ਿਵ ਨਾਲ ਮੇਰੀ 4th ਮੁਲਾਕਾਤ ਚੰਡੀਗੜ੍ਹ ਦੇ ਸੈਕਟਰ 17 ਵਿੱਚ ਹੋਈ। ਮੈਂ ਅਤੇ ਰਣਜੀਤ ਬਾਜਵਾ ਪਟਿਆਲੇ ਤੋਂ ਚੰਡੀਗੜ੍ਹ ਆਏ, ਐਵੇਂ ਘੁੰਮਣ ਫਿਰਨ। ਕਾਫੀ ਹਾਊਸ ਵਿੱਚ ਅਮਤੋਜ ਮਿਲ ਗਿਆ, ਕਹਿਣ ਲੱਗਾ ਬਹੁਤ ਥੱਕੇ ਥੱਕੇ ਲੱਗਦੇ ਹੋ, ਇਹ ਲਓ ਇੱਕ ਗੋਲੀ ਖਾ ਲਓ। ਅਤੇ ਉਸਨੇ ਪਾਣੀ ਨਾਲ ਗਲਾਸ ਮੰਗਵਾਇਆ ਅਤੇ ਗੋਲੀਆਂ ਖਵਾਤੀਆਂ ਸਾਨੂੰ। ਕਾਫੀ ਪੀ ਕੇ ਅਸੀਂ ਕਿਤਾਬਾਂ ਦੀ ਦੁਕਾਨ 'ਤੇ ਆ ਗਏ। ਅਮਤੋਜ ਸ਼ਾਮ ਨੂੰ ਉਸਨੂੰ ਵਿੱਚ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ। ਕੁਛ ਚਿਰ ਬਾਅਦ ਮੈਂ ਹਲਕਾ ਹਲਕਾ ਨਸ਼ਾ ਮਹਿਸੂਸ ਕਰਨ ਲੱਗਾ। ਮੈਨੂੰ ਅਹਿਸਾਸ ਹੋਇਆ ਕਿ ਅਮਤੋਜ ਸਾਡੇ ਨਾਲ ਕੋਈ ਅਮਤੋਜੀ ਚੋਜ ਖੇਡ ਗਿਆ। ਕਿਤਾਬਾਂ ਦੀ ਦੁਕਾਨ ਵਿੱਚ ਪਤਾ ਨਹੀਂ ਮੈਨੂੰ ਅਤੇ ਰਣਜੀਤ ਨੂੰ ਕਿਵੇਂ ਅਸੀਂ ਦੋਨੋਂ ਨਿਖੜ ਗਏ। ਕਿਤਾਬਾਂ ਦੀ ਦੁਕਾਨ ਤੋਂ ਬਾਹਰ ਆਇਆ ਤਾਂ ਦੂਰੋਂ ਚਿੱਟੀ ਦਸਤਾਰ ਅਤੇ ਕਾਲੇ ਚੋਗੇ ਵਾਲੇ ਮਸ਼ਹੂਰ ਚਿੱਤਰਕਾਰ ਸਰਦਾਰ ਕਿਰਪਾਲ ਸਿੰਘ ਆਉਂਦੇ ਨਜ਼ਰ ਆਏ। ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਅਮਤੋਜੀ ਲੋਰ ਵਿੱਚ ਉਹਨਾਂ ਨੂੰ ਚਿੱਤਰਕਾਰੀ ਬਾਰੇ ਇੱਕ ਬਹੁਤ ਲੰਮਾ ਜਿਹਾ ਭਾਸ਼ਣ ਦਿੱਤਾ। ਹੁਣ ਆਪਣੀ ਮੂਰਖਤਾ ਨਾਲੋਂ ਉਹਨਾਂ ਦੀ ਸਹਿਨਸ਼ੀਲਤਾ ਬਾਰੇ ਸੋਚ ਕੇ ਹੈਰਾਨ ਹੁੰਦਾ ਹੈ ਕਿ ਉਹ ਕਿੰਨੀ ਦੇਰ ਤੱਕ ਮੇਰਾ ਭਾਸ਼ਣ ਸੁਣੀ ਗਏ। ਮੇਰਾ ਅਗਲਾ ਲੰਮਾ ਭਾਸ਼ਣ ਕਵਿਤਾ ਬਾਰੇ ਸੀ ਅਤੇ ਉਹ ਭਾਸ਼ਣ ਸੁਣਨ ਦੀ ਵਾਰੀ ਕਿਸੇ ਮਾੜੇ ਮੋਟੇ ਕਵੀ ਦੀ ਨਹੀਂ, ਸ਼ਿਵ ਕੁਮਾਰ ਦੀ ਸੀ, ਜਿਸ ਨੂੰ ਮਸਤਾਨੀ ਤੌਰ ਤੁਰਿਆ ਆਉਂਦਿਆਂ ਮੈਂ ਦੂਰੋਂ ਵੇਖ ਲਿਆ ਸੀ। ਸ਼ਿਵ ਦੀ ਸਹਿਨਸ਼ੀਲਤਾ ਦੇ ਮੈਂ ਬਲਿਹਾਰੇ, ਕਿਉਂਕਿ ਉਹ ਮੈਨੂੰ ਸੁਣਦਾ ਰਿਹਾ ਅਤੇ ਫਿਰ ਕਹਿਣ ਲੱਗਾ ਚੱਲ ਆਪਾਂ ਘਰ ਚੱਲੀਏ, ਬਾਕੀ ਗੱਲਾਂ ਉੱਥੇ ਕਰਾਂਗੇ। ਅਸੀਂ ਸ਼ਿਵ ਦੇ ਘਰ ਵੱਲ ਨੂੰ ਤੁਰ ਪਏ। ਰਾਹ ਵਿੱਚ ਉਹਨੇ ਰਸ ਭਰੀ ਫੜ ਲਈ। ਅਸੀਂ ਜਾ ਕੇ ਸੋਫਿਆਂ 'ਤੇ ਬੈਠੇ ਹੀ ਸਾਂ ਕਿ ਪਤਾ ਨਹੀਂ ਕਿਵੇਂ ਘੁੰਮਦਾ ਘੁੰਮਾਉਂਦਾ ਰਣਜੀਤ ਬਾਜਵਾ ਵੀ ਉੱਥੇ ਆ ਪਹੁੰਚਿਆ। ਪਤਾ ਨਹੀਂ ਕਦੋਂ ਤੱਕ ਗੱਲਾਂ ਕਰਦੇ ਰਹੇ ਅਤੇ ਫਿਰ ਕਦੋਂ ਸੋ ਗਏ। ਸਵੇਰੇ ਸੋਫਿਆਂ 'ਤੇ ਹੀ ਜਾਗੇ। ਇਸ ਅਮਤੋਜੀ ਸ਼ਾਮ ਤੋਂ ਕਈ ਸਾਲਾਂ ਬਾਅਦ ਸਾਨੂੰ ਅਮਤੋਜ ਨੇ ਦੱਸਿਆ ਕਿ ਜਿਹੜੀ ਗੋਲੀ ਸਾਡੀ ਥਕਾਵਟ ਉਤਾਰਨ ਲਈ ਉਸਨੇ ਸਾਨੂੰ ਖਿਲਾਈ ਸੀ ਉਹ ਮੈਂਟ੍ਰਿਕ ਸੀ। ਇੱਕ ਬਹੁਤ ਲੰਬੇ ਦਲਾਨ ਵਿੱਚ 20 ਮੋਮਬੱਤੀਆਂ ਗੋਲ ਕਤਾਰੀ ਵਿੱਚ ਜਗ ਰਹੀਆਂ ਸਨ ਅਤੇ ਹਰੇਕ ਮੋਮਬੱਤੀ ਇੱਕ ਇੱਕ ਸ਼ਾਇਰ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ। ਇਹਨਾਂ ਚਿਹਰਿਆਂ ਵਿੱਚ ਇੱਕ ਚਿਹਰਾ ਸ਼ਿਵ ਦਾ ਸੀ। ਇਹ ਦਲਾਨ ਕਵੀ ਤਰਲੋਚਨ ਦੇ ਘਰ ਦਾ ਸੀ, ਜਿਸ ਦੀ ਮੰਗਣੀ ਦੀ ਪਾਰਟੀ ਦੇ 20 ਕਵੀਆਂ ਨੂੰ ਬੁਲਾਇਆ ਗਿਆ ਸੀ। ਹਰ ਸ਼ਾਇਰ ਨੇ ਮੋਮਬੱਤੀਆਂ ਦੇ ਲੋਹੇ 'ਚ ਆਪਣਾ ਕਲਾਮ ਪੜ੍ਹਿਆ। ਆਖਿਰ ਵਿੱਚ ਸ਼ਿਵ ਨੇ ਆਪਣੀ ਜਾਦੂ ਭਰੀ ਆਵਾਜ਼ 'ਚ ਗਜ਼ਲ ਪੜ੍ਹੀ, ਸ਼ਹਿਰ ਤੇਰੇ ਤਰਕਾਲਾ ਢਲੀਆਂ, ਗੱਲ ਲੱਗੀਆਂ ਰੋਈਆਂ ਤੇਰੀਆਂ ਗਲੀਆਂ। ਸ਼ਿਵ ਨਾਲ ਮੇਰੀ 6ਵੀਂ ਮੁਲਾਕਾਤ ਕਿਸੇ ਕਾਲਜ ਦੇ ਕਵੀ ਦਰਬਾਰ ਵਿੱਚ ਹੋਈ। ਇਹ ਕਵੀ ਦਰਬਾਰ ਗੁਰੂ ਨਾਨਕ ਦੇਵ ਦੀ 5ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ। ਸ਼ਿਵ ਮਾਈਕ 'ਤੇ ਆਇਆ ਅਤੇ ਅੰਗਰੇਜ਼ੀ ਵਿੱਚ ਸਰੋਤਿਆਂ ਨੂੰ ਸੰਬੋਧਿਤ ਕਰਨ ਲੱਗ ਪਿਆ। ਮੁੰਡੇ ਉਸਦਾ ਮਖੌਲ ਉਡਾਉਣ ਲੱਗ ਪਏ ਅਤੇ ਉਹ ਰੁੱਸ ਕੇ ਸਟੇਜ ਤੋਂ ਉੱਤਰ ਗਿਆ। ਸੂਬਾ ਸਿੰਘ ਮੰਚ ਸੰਚਾਲਨ ਕਰ ਰਹੇ ਸੀ, ਉਹ ਸ਼ਿਵ ਨੂੰ ਮਨਾ ਕੇ ਲਿਆਏ ਅਤੇ ਕਹਿਣ ਲੱਗੇ ਸ਼ਿਵ ਰੁੱਸਣ ਤੋਂ ਬਾਅਦ ਜ਼ਿਆਦਾ ਅੱਛਾ ਗਾਉਂਦਾ ਹੈ। ਸ਼ਿਵ ਨੇ ਆਪਣਾ ਗੀਤ ਸ਼ੁਰੂ ਕੀਤਾ ਅਤੇ ਵਿਦਿਆਰਥੀਆਂ ਨੇ ਉਹਨੂੰ ਪੂਰੀ ਤਰ੍ਹਾਂ ਸੁਣਿਆ, ਕਿਉਂਕਿ ਸ਼ਿਵ ਨੇ ਵਿਦਿਆਰਥੀਆਂ ਨੂੰ ਆਪਣੇ ਗੀਤ ਨਾਲ ਘੀਲ ਲਿਆ ਸੀ। ਹੁਣੇ ਸਰਗੀ ਦੀ ਵਾਹ ਨੇ ਪੰਛੀਆਂ ਦਾ ਬੋਲ ਪੀਤਾ ਹੈ, ਹੁਣੇ
सरगी दी वाह ने पंछियों का बोल पीता है ते जागी भीड़ ने तेरे नाम का एक वाक लिता है। शिवना मेरी सत्तवीं मुलाकात चंडीगढ़ पंजाब यूनिवर्सिटी के कवि दरबार च हुई। यह कवि दरबार विश्वनाथ तिवारी होर ने करवाया सी। अमितोज ने अपनी लंबी नज़म अमीबा पढ़ी। यह पहला कवि दरबार सी जिस विच शिव ने अपनी कविता नहीं पढ़ी। यह एक क्रांतिकारी कविता सी, उन्हें अपनी कविता गा के नहीं पढ़ी। शायद शिव तरन्नुम दे रोमांस दे मेहने नू दिल नू ला बैठा सी। श्रोतियां दे बार बार कहते भी शिव ने कोई गीत गा के नहीं सुनाया। शिव गावे ना, यह गल सारियां नू बड़ी अजीब लगी। शिव ने गाना छड़ दिता सी। लगदा ठग्गा ने कुत्ता कुत्ता कह के ब्राह्मण दे सिर तो पठेरा सुटवा लिया सी। इस तो बाद शिव जिमें सरोत ते रोमांस नू नफरत करन लग पिया सी। उसने लुची धरती ते कुत्ते वर्गियां नफरत भरिया नज़मां लिखियां। लगदा सी कि वह जहर नाल भर गया है, जहर नाल भरिया होया है। फिर खबर आई कि वह फुल बन गया या तारा। शिव की मौत तो बाद बटाले गया। सत्थर ते बैठे लोग खामोश सन। शिव दे गायक गीत की रिकॉर्डिंग चल रही सी। की पुछदे हो हाल फकीरां दा, साडा नदियों विछड़े नीरां दा, साडा हंजदी जूने आयां दा, साडा दिल जलियां दिलगीरां दा। ओह हंजदी जूने आया सी ते जोबन रुते तुर गया। वो कहिंदा हुंदा सी जोबन रुते जो भी मरदा फुल बने या तारा। वो फुल बनया होएगा या तारा, मैं समझ आया का वो तारा पंजाबी शायरी दे आकाश विच सदा एक चिलमिलाने वाला तारा बनया है।